ਗਲਤੀ ਤਾਂ ਸਾਰੀ ਮੇਰੀ ਹੈ। ਮੈਂ ਹੀ ਦੇਸ਼ ਨੂੰ ਅਰਮਾਨ ਵਾਸਤੇ ਦੁਬਾਰਾ ਸਭ ਕੁਝ ਕਰਨ ਨੂੰ ਮਜਬੂਰ ਕੀਤਾ ਸੀ। ਪਰ ਹੈਰੀ ਨਾਲ ਦੇਸ਼ੋ ਮੈਡਮ ਨੂੰ ਮੈਂ ਹੀ ਮਿਲਾਇਆ ਸੀ ਨਾ। ਬਸ ਕਰ ਸ਼ਿਰੋ, ਇਹ ਵੇਲਾ ਆਪਸ ਨੂੰ ਕੋਸਣ ਵਾਲਾ ਨਹੀਂ ਹੈ। ਤੁਸੀਂ ਕਿਹੜਾ ਜਾਣ ਬੁੱਝ ਕੇ ਦੇਸ਼ੋ ਨਾਲ ਕੋਈ ਦੁਸ਼ਮਣੀ ਕੱਢੀ ਹੈ? ਦੇਖੋ, ਜੋ ਹੋਣਾ ਸੀ ਉਹ ਹੋ ਚੁੱਕਾ ਹੈ। ਇਸ ਵੇਲੇ ਸਭ ਤੋਂ ਜ਼ਰੂਰੀ ਕੰਮ ਇਹ ਹੈ ਕਿ ਅਸੀਂ ਦੇਸ਼ੋ ਪੁੱਤ ਨੂੰ ਲੱਭ ਕੇ ਘਰ ਲਿਆਈਏ। ਤੁਹਾਨੂੰ ਸਮਝਾਈਏ ਕਿ ਦੇਖ, ਔਖੀ ਘੜੀ ਹਰ ਬੰਦੇ ਦੀ ਲਾਈਫ 'ਚ ਆਉਂਦੀ ਹੈ, ਅਤੇ ਪ੍ਰੋਬਲਮ ਤਾਂ ਇਹ ਦਿਹਾਰ ਕੇ ਹਤਾਸ਼ ਹੋ ਕੇ ਆਪਣਾ ਚੱਲਿਆ ਚਲਾਇਆ ਬਿਜ਼ਨਸ ਬੰਦ ਕਰ ਲੈਣਾ, ਇਹ ਚੰਗੀ ਗੱਲ। ਅਤੇ ਉਸ ਤੋਂ ਵੱਧ ਜ਼ਰੂਰੀ ਇਹ ਹੈ ਕਿ ਪੁਰਾਣੇ ਸਾਰੇ ਗਾਹਕਾਂ ਨੂੰ ਪਤਾ ਹੋਵੇ ਕਿ ਅਗਲੇ ਇੱਕ ਦੋ ਦਿਨ ਸਾਡਾ ਬਿਜ਼ਨਸ ਬੰਦ ਆ। ਦੇਸ਼ੋ ਉਹਨਾਂ ਨੂੰ ਡੱਬੇ ਨਹੀਂ ਪੁਜਾ ਸਕਦੀ। ਬਿਲਕੁਲ ਸਹੀ ਅੰਕਲ ਜੀ, ਭਾਵੇਂ ਨਵੇਂ ਗਾਹਕ ਜੁੜਨ ਜਾਂ ਨਾ ਜੁੜਨ, ਪਰ ਘੱਟੋ ਘੱਟ ਨਾ ਪੁਰਾਣੇ ਗਾਹਕ ਕਿਤੇ ਨਹੀਂ ਜਾਣੇ ਚਾਹੀਦੇ। ਕੋਈ ਗੱਲ ਨਹੀਂ, ਇਹ ਕੰਮ ਮੈਂ ਕਰ ਸਕਦਾ, ਬਲਕਿ ਮੈਂ ਹੁਣੇ ਕਰ ਦੂੰਗਾ। ਬਿਜ਼ਨਸ ਤਾਂ ਆਪੇ ਹੁੰਦਾ ਰਹੂਗਾ, ਪਹਿਲਾਂ ਦੇਸ਼ੋ ਦਾ ਤਾਂ ਪਤਾ ਲੱਗੇ ਉਹ ਹੈ ਕਿੱਥੇ। ਮੈਂ ਜਿੱਦਾਂ ਕਿਹਾ ਤੁਸੀਂ ਉਦਾਂ ਕਰੋ, ਬਾਕੀ ਤੁਸੀਂ ਫਿਕਰ ਨਾ ਕਰੋ। ਮੈਂ ਦੇਸ਼ੋ ਨੂੰ ਚੰਗੀ ਤਰ੍ਹਾਂ ਜਾਣਦਾ, ਉਹ ਜਿੱਥੇ ਵੀ ਹੋਏਗੀ ਸਹੀ ਹੋਏਗੀ। ਜੇ ਉਹ ਸਹੀ ਹੁੰਦੀ ਤਾਂ ਹੁਣੇ ਤੱਕ ਕਿਸੇ ਨਾ ਕਿਸੇ ਨਾਲ ਗੱਲ ਤਾਂ ਕਰਦੀ। ਕਈ ਵਾਰ ਬੰਦੇ ਨੂੰ ਆਪਣੇ ਆਪ ਨਾਲ ਵੀ ਗੱਲਾਂ ਕਰ ਲੈਣੀਆਂ ਚਾਹੀਦੀਆਂ ਨੇ, ਤੇ ਉੱਪਰ ਵਾਲੇ ਨਾਲ ਵੀ ਉਦੋਂ ਹੀ ਗੱਲਾਂ ਕਰਦਾ ਜਦੋਂ ਦੁਨੀਆ ਕੋਈ ਗੱਲ ਨਾ ਕਰਦੀ ਹੋਵੇ। ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਮੈਂ ਕੀ ਕਹਿਣਾ, ਹੁਣ ਤਾਂ ਜੋ ਕਹੇਗਾ ਉੱਪਰ ਵਾਲਾ ਹੀ ਕਹੇਗਾ, ਪਰ ਮੈਨੂੰ ਪੂਰਾ ਯਕੀਨ ਕਿ ਉੱਪਰ ਵਾਲਾ ਸਾਡੀ ਦੇਸ਼ੋ ਨੂੰ ਜ਼ਰੂਰ ਕੋਈ ਨਾ ਕੋਈ ਨਵਾਂ ਰਸਤਾ ਦਿਖਾਏਗਾ। ਬਸ ਸਾਨੂੰ ਸਾਰਿਆਂ ਨੂੰ ਉੱਪਰ ਵਾਲਿਆਂ 'ਤੇ ਭਰੋਸਾ ਰੱਖਣਾ ਚਾਹੀਦਾ। ਹੇ ਸੱਚੇ ਪਾਤਸ਼ਾਹ, ਬਹੁਤ ਸ਼ਰਧਾ ਹੈ ਇਸ ਬੀਬੀ ਦੇ ਵਿੱਚ, ਬੜੀ ਆਸ ਦੇ ਨਾਲ ਤੁਹਾਡੇ ਦਰ ਤੇ ਆਣ ਡਿੱਗੀ ਹੈ। ਇਸ ਬੀਬੀ ਦਾ ਵੀ ਹੱਥ ਫੜ ਲਓ, ਤੁਸੀਂ ਤਾਂ ਕੌਡੇ ਰਾਕਸ਼ ਤੇ ਸੱਜਣ ਠੱਗ ਨੂੰ ਵੀ ਤਾਰ ਦਿੱਤਾ, ਤੁਸੀਂ ਤਾਂ ਆਪ ਜਾਣੀ ਜਾਣੋ। ਇਸ ਬੱਚੀ ਦਾ ਵੀ ਬੇੜਾ ਪਾਰ ਲੰਘਾ ਦਿਓ। ਬਾਬਾ ਜੀ ਕਿਰਪਾ ਕਰੋ। ਵਾਹਿਗੁਰੂ ਵਾਹਿਗੁਰੂ, ਮੈਂ ਤਾਂ ਆਪ ਉੱਠ ਕੇ ਤੈਨੂੰ ਦੇਖ ਕੇ ਬਾਹਰ ਆਇਆ ਬੀਬੀ। ਕੀ ਗੱਲ ਬਾਬਾ ਜੀ, ਮੈਂ ਸਫਾਈ ਚੰਗੀ ਤਰ੍ਹਾਂ ਨਹੀਂ ਕੀਤੀ। ਵਾਹਿਗੁਰੂ ਵਾਹਿਗੁਰੂ, ਮੈਂ ਕੌਣ ਹੁੰਦਾ ਤੇਰੀ ਸੇਵਾ ਨੂੰ ਪਰਖਣ ਵਾਲਾ, ਪਰ ਕਰਨੀ ਤਾਂ ਸਮਰੱਥ ਗੁਰੂ ਦੇ ਹੱਥ ਵਿੱਚ ਹੈ, ਤੇ ਉਪਾਸ ਵੀ ਆਪ ਹੀ ਕਰਾਉਂਦਾ। ਮੈਨੂੰ ਪੱਕਾ ਯਕੀਨ ਹੈ ਇਸ ਪਰਖ ਦੇ ਵਿੱਚੋਂ ਤੂੰ ਜ਼ਰੂਰ ਪਾਸ ਹੋਵੇਂਗੀ। ਬਹੁਤ ਸ਼ਰਧਾ ਨਾਲ ਸੇਵਾ ਕਰਦੀ ਹੈ ਤੂੰ। ਮਿਹਰਬਾਨੀ ਬਾਬਾ ਜੀ, ਪਰ ਮੈਨੂੰ ਤਾਂ ਲੱਗਦਾ ਮੈਂ ਸਾਰੀਆਂ ਪਰਖਾਂ ਸਾਰੇ ਇਮਤਿਹਾਨਾਂ ਵਿੱਚੋਂ ਫੇਲ ਹੋ ਗਈ। ਜੇ ਤੂੰ ਫੇਲ ਹੋਈ ਹੁੰਦੀ ਤਾਂ ਗੁਰੂ ਨਾਨਕ ਦੇ ਦਰ ਤੇ ਨਾ ਆਉਂਦੀ। ਜੇ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਗੁਰੂ ਨਾਨਕ ਦੇ ਦਰ ਦੀ ਸੇਵਾ ਬਖਸ਼ੀ ਹੈ
ਤਾਂ ਆਪ ਉਂਗਲ ਫੜ ਕੇ ਤੈਨੂੰ ਇਸ ਜ਼ਿੰਦਗੀ ਦਾ ਰਸਤਾ ਵੀ ਦਿਖਾ ਦੇਣਗੇ। ਮੈਨੂੰ ਤਾਂ ਉਂਗਲ ਫੜ ਕੇ ਚਾਰ ਲਾਵਾਂ ਲੈ ਕੇ ਮੇਰੇ ਘਰ ਵਾਲੇ ਪਿੱਛੇ ਵੀ ਤੋਰਿਆ ਸੀ ਸੱਚੇ ਪਾਤਸ਼ਾਹ ਨੇ, ਪਰ ਅੱਜ ਜਦ ਮੈਂ ਉਸ ਘਰ ਵਾਲੇ ਨੂੰ ਆ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹਦੇ ਕਦਮ ਗਲਤ ਰਸਤੇ ਤੇ ਜਾ ਰਹੇ ਨੇ, ਸਾਰਾ ਕੁਛ ਹੀ ਗਲਤ ਹੋ ਗਿਆ। ਬੀਬੀ ਤੂੰ ਗੁਰ ਇਤਿਹਾਸ ਨਹੀਂ ਪੜ੍ਹਿਆ, ਸੱਚ ਬੋਲਣ ਵਾਲਿਆਂ ਨੂੰ ਹਮੇਸ਼ਾ ਦੁਸ਼ਵਾਰੀਆਂ ਝੱਲਣੀਆਂ ਪੈਂਦੀਆਂ ਨੇ, ਪਰ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਗੁਰਸਿੱਖਾਂ ਦੇ ਮੁੱਖ ਆਪ ਉਜਲੇ ਕਰਦਾ। ਤੂੰ ਕੋਈ ਗਲਤੀ ਨਹੀਂ ਕੀਤੀ, ਗਲਤ ਰਸਤੇ ਤੇ ਜਾਣ ਵਾਲੇ ਨੂੰ ਗਲਤ ਕਹਿਣ ਵਿੱਚ ਹੀ ਉਹਦਾ ਭਲਾ ਹੁੰਦਾ। ਪਰ ਮੈਨੂੰ ਤਾਂ ਗਲਤ ਰਸਤੇ ਤੇ ਤੁਰਨ ਵਾਲੇ ਮੇਰੇ ਆਪਣੇ ਘਰ ਵਾਲੇ ਨੇ ਦੁਸ਼ਮਣ ਸਮਝ ਕੇ ਘਰੋਂ ਬਾਹਰ ਕੱਢ ਦਿੱਤਾ। ਜੇ ਮੈਂ ਸਹੀ ਸੀ ਤਾਂ ਮੈਨੂੰ ਇਹ ਸਜ਼ਾ ਕਿਉਂ ਮਿਲੀ? ਸਤਿਗੁਰ ਦੇ ਭਾਣੇ ਵਿੱਚ ਕੁਝ ਵੀ ਗਲਤ ਨਹੀਂ ਹੁੰਦਾ ਬੀਬੀ। ਕਈ ਵਾਰ ਸਿੱਖ ਨੂੰ ਲੱਗਦਾ ਕਿ ਗੁਰੂ ਉਹਨੂੰ ਸਜ਼ਾ ਦੇ ਰਿਹਾ, ਪਰ ਬਾਅਦ ਦੇ ਵਿੱਚ ਉਹਨੂੰ ਅਹਿਸਾਸ ਹੁੰਦਾ ਕਿ ਗੁਰੂ ਤਾਂ ਸੂਲੀ ਤੋਂ ਸੂਲ ਬਣਾ ਦਿੰਦਾ। ਤੂੰ ਸੇਵਾ ਕਰ, ਵਾਹਿਗੁਰੂ ਭਲੀ ਕਰੇ। ਵਾਹਿਗੁਰੂ ਵਾਹਿਗੁਰੂ। ਮੰਮੀ ਜੀ, ਪਾਪਾ ਜੀ, ਤੁਹਾਨੂੰ ਕਿੱਦਾਂ ਪਤਾ ਮੈਂ ਇੱਥੇ ਆ? ਬਸ ਅਸੀਂ ਪਤਾ ਲਗਾ ਲਿਆ। ਮੰਮੀ ਤੁਸੀਂ ਮੈਨੂੰ ਦੱਸੇ ਬਿਨਾਂ ਗੁਰਦੁਆਰੇ ਕਿਉਂ ਆ ਗਏ? ਮੈਨੂੰ ਨਾਲ ਵੀ ਨਹੀਂ ਲੈ ਕੇ ਆਏ। ਕਿਤੇ ਇਹ ਤਾਂ ਨਹੀਂ ਕਿ ਮੈਂ ਤੁਹਾਨੂੰ ਗੁਰਦੁਆਰੇ ਆ ਕੇ ਤੰਗ ਕਰਾਂਗਾ? ਤਾਂ ਕਰਕੇ ਤੁਸੀਂ ਮੈਨੂੰ ਗੁਰਦੁਆਰੇ ਨਹੀਂ ਲੈ ਕੇ ਆਏ? ਹੁਣ ਤਾਂ ਤੁਸੀਂ ਮੇਰੇ ਨਾਲ ਹੀ ਵਾਪਿਸ ਚਲੋਗੇ ਨਾ? ਨਹੀਂ ਪੂਰਵ, ਇੰਨੇ ਸਵਾਲ ਨਾ ਪੁੱਛ ਆਪਣੀ ਮਾਂ ਕੋਲੋਂ। ਇਹਨੇ ਤੇਰਾ ਅੱਜ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਦੇਣਾ। ਪਰ ਕਿਉਂ ਦਾਦਾ ਜੀ, ਮੰਮੀ ਮੇਰੇ ਨਾਲ ਗੁੱਸੇ ਨੇ? ਇਹ ਤਾਂ ਸ਼ਾਇਦ ਅੱਜ ਆਪਣੇ ਆਪ ਨਾਲ ਵੀ ਗੁੱਸੇ ਆ। ਚੱਲ ਛੱਡ, ਰਹਿਣ ਦੇ ਇਹਨੂੰ, ਆ ਜਾ ਮੇਰੇ ਕੋਲ। ਇਹਨੇ ਤੇਰੇ ਨਾਲ ਉਸ ਘਰ ਦੇ ਵਿੱਚ ਵਾਪਸ ਨਹੀਂ ਜਾਣਾ। ਇਹਨੇ ਤਾਂ ਉਸ ਘਰ ਦੇ ਵਿੱਚ ਰਹਿਣ ਦੇ ਹੱਕ ਦੇ ਲਈ ਵੀ ਨਹੀਂ ਲੜਨਾ। ਚਲਾ ਜਾਣ ਦੇ ਇਹਨੂੰ। ਇਹ ਤੁਸੀਂ ਕੀ ਕਰ ਰਹੇ ਹੋ? ਮੈਂ ਜੋ ਕਰ ਰਿਹਾ ਸੋਚ ਸਮਝ ਕੇ ਕਰ ਰਿਹਾ। ਲੜਾਈ ਦੇ ਮੈਦਾਨ ਦੇ ਵਿੱਚ ਇੱਦਾਂ ਪਿੱਠ ਦਿਖਾ ਕੇ ਨਹੀਂ ਭੱਜਿਆ ਜਾਂਦਾ ਤੇ ਨਾ ਹੀ ਮੂੰਹ ਲੁਕਾ ਕੇ ਬੈਠਿਆ ਜਾਂਦਾ, ਉਹ ਵੀ ਪੂਰੀ ਦੁਨੀਆ ਨੂੰ ਛੱਡ ਕੇ। ਪਰ ਜਦ ਅਰਮਾਨ ਨੇ ਉਹਨੂੰ ਘਰੋਂ ਕੱਢ ਦਿੱਤਾ ਤੇ ਉਹ ਵਿਚਾਰੀ ਕੀ ਕਰਦੀ? ਵਿਚਾਰੀ ਮੈਂ ਇਹ ਬੁੱਧੂ ਸੀ ਜਿਹੜਾ ਇਹਨੂੰ ਆਪਣੀ ਬਹਾਦਰ ਧੀ ਸਮਝਦਾ ਰਿਹਾ ਤੇ ਸਮਝਦਾ ਰਿਹਾ ਕਿ ਇਹ ਸਾਰੇ ਹਾਲਾਤਾਂ ਦੇ ਨਾਲ ਬੜੀ ਬਹਾਦਰੀ ਦੇ ਨਾਲ ਲੜ ਲੇਗੀ। ਪਰ ਨਹੀਂ, ਇਹ ਤਾਂ ਸੱਚੀ ਵਿਚਾਰੀ ਨਿਕਲੀ, ਇਹ ਤਾਂ ਕਿਸੇ ਵੀ ਹਾਲਾਤ ਦੇ ਨਾਲ ਲੜ ਨਹੀਂ ਸਕਦੀ। ਇੰਨੇ ਬੁਰੇ ਹਾਲਾਤਾਂ ਦਾ ਤਾਂ ਸਾਹਮਣਾ ਕੀਤਾ ਉਹਨੇ। ਜ਼ਿੰਦਗੀ ਲਗਾਤਾਰ ਚੱਲਣ ਵਾਲੀ ਇੱਕ ਜੰਗ ਹੈ, ਇਹ ਨਹੀਂ
ਕਿ ਕਦੇ ਤਗੜੇ ਹੋ ਕੇ ਉਹਨੂੰ ਮੂਹਰੋਂ ਘੇਰ ਲਓ ਤੇ ਕਦੇ ਮੂੰਹ ਲੁਕੋ ਕੇ ਕਿਤੇ ਬੈਠ ਜਾਓ। ਇਹਨੇ ਤਾਂ ਲੜਨ ਦਾ ਫੈਸਲਾ ਆਪਣੇ ਪੁੱਤਰ ਲਈ ਕੀਤਾ ਸੀ ਨਾ, ਤੇ ਬਿਜ਼ਨਸ ਵੀ ਇਹਨੇ ਆਪਣੇ ਪੁੱਤਰ ਦੇ ਭਵਿੱਖ ਲਈ ਖੋਲਿਆ ਸੀ। ਪਰ ਅੱਜ ਨਾ ਤਾਂ ਇਹਨੂੰ ਪੂਰਵ ਦਾ ਚੇਤਾ ਤੇ ਨਾ ਆਪਣੇ ਬਿਜ਼ਨਸ ਦਾ, ਇਹ ਤਾਂ ਬਸ ਹਾਰ ਮੰਨ ਕੇ ਤੇ ਇੱਥੇ ਬੈਠ ਗਈ ਹੈ। ਮੰਮੀ ਦੁਬਾਰਾ ਆਪਣੇ ਘਰ ਵਿੱਚ ਨਹੀਂ ਜਾਣਗੇ ਦਾਦਾ ਜੀ? ਇਹਨੂੰ ਹੀ ਪੁੱਛ ਲੈ, ਪਰ ਇਹਨੇ ਤੇਰੀ ਕੋਈ ਵੀ ਗੱਲ ਦਾ ਜਵਾਬ ਨਹੀਂ ਦੇਣਾ ਤੇ ਇਸ ਕਰਕੇ ਪੁੱਛਣ ਦਾ ਕੋਈ ਫਾਇਦਾ ਨਹੀਂ। ਛੱਡ ਇਹਨੂੰ, ਚੱਲ ਪੂਰਬ, ਆਪਾਂ ਹੁਣ ਗੁਰੂ ਘਰ ਆ ਗਏ ਹਾਂ, ਮੱਥਾ ਟੇਕ ਚੱਲੀਏ। ਪਾਪਾ ਜੀ, ਰੁਕੋ ਪਾਪਾ ਜੀ। ਹੁਣ ਕੀ ਹੋਇਆ, ਕਿਉਂ ਰੋਕਦੀ ਪਈ ਹੈ ਤੂੰ ਸਾਨੂੰ? ਤੁਹਾਨੂੰ ਮੈਂ ਨਹੀਂ ਰੋਕ ਸਕਦੀ, ਪਰ ਆਪਣੇ ਪੁੱਤ ਨੂੰ ਤਾਂ ਰੋਕ ਸਕਦੀ ਹਾਂ। ਮੇਰੇ ਹੁੰਦੇ ਹੋਏ ਮੇਰਾ ਪੁੱਤ ਧੱਕੇ ਨਹੀਂ ਖਾਏਗਾ। ਪੂਰਵ ਨੂੰ ਕੌਣ ਧੱਕੇ ਮਾਰ ਰਿਹਾ? ਹਜੇ ਇਹਦੇ ਦਾਦਾ ਦਾਦੀ ਜਿਉਂਦੇ ਨੇ। ਤੁਹਾਡੀ ਗੱਲ ਹੋਰ ਹੈ ਪਾਪਾ ਜੀ, ਪਰ ਮਾਂ ਮਾਂ ਹੁੰਦੀ ਹੈ, ਤੇ ਜਦ ਇੱਕ ਛੋਟੇ ਜਿਹੇ ਨਿਆਣੇ ਨੂੰ ਆਪਣੀ ਮਾਂ ਤੋਂ ਬਜਾਏ ਕਿਸੇ ਹੋਰ ਦੇ ਆਸਰੇ ਘਰ ਵਿੱਚ ਰਹਿਣਾ ਪਵੇ ਤੇ ਉਹਦੀ ਜ਼ਿੰਦਗੀ ਵਿੱਚ ਧੱਕੇ ਬਚਦੇ ਨੇ, ਤੇ ਮੈਂ ਆਪਣੇ ਬੱਚੇ ਨੂੰ ਉਸ ਘਰ ਵਿੱਚ ਸਿੰਪਲ ਕੋਲੋਂ ਧੱਕੇ ਨਹੀਂ ਖਾਣ ਦੇਣੇ। ਪੂਰਾ ਮੇਰਾ ਪੁੱਤਰ ਹੈ ਤੇ ਉਹ ਮੇਰੇ ਕੋਲ ਹੀ ਰਹੇਗਾ, ਉਹਦੇ ਕੋਲ ਨਹੀਂ, ਜਿਹਨੂੰ ਆਪ ਹੀ ਨਹੀਂ ਪਤਾ ਕਿ ਛੋਟੇ ਜਿਹੇ ਨਿਆਣੇ ਨੂੰ ਸਾਂਭੀਦਾ ਕਿੱਦਾਂ। ਸੋਚ ਲੈ ਇੱਕ ਵਾਰ, ਜਿਹੜਾ ਵੀ ਫੈਸਲਾ ਕਰਨਾ ਹੈ ਪੱਕੇ ਪੈਰੀ ਕਰੀ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਪੋਤਾ ਫਿਰ ਤੇਰੇ ਤੇ ਇੱਕ ਵਾਰ ਝੂਠੀ ਆਸ ਲਾ ਕੇ ਬੈਠ ਜੇ ਤੇ ਤੂੰ ਉਹਨੂੰ ਕਿਸੇ ਦਿਨ ਕੱਲਿਆਂ ਛੱਡ ਕੇ ਫਿਰ ਕਿਤੇ ਤੁਰ ਜਾ। ਅਸੀਂ ਤੈਨੂੰ ਵਾਰ ਵਾਰ ਏਦਾਂ ਲੱਭ ਨਹੀਂ ਸਕਦੇ ਤੇ ਨਾ ਸਾਡੇ ਚ ਹਿੰਮਤ ਹੈ ਕਿ ਅਸੀਂ ਪੂਰਵ ਦੇ ਨਾਲ ਵਾਰ ਵਾਰ ਝੂਠ ਬੋਲੀਏ। ਬਿਲਕੁਲ ਸਹੀ, ਹੁਣ ਅਸੀਂ ਕਿੰਨੀ ਵਾਰ ਇਹਨੂੰ ਝੂਠੀਆਂ ਤਸੱਲੀਆਂ ਦਿੰਦੇ ਰਵਾਂਗੇ, ਤੇਰਾ ਤਾਂ ਕੁਝ ਪਤਾ ਹੀ ਨਹੀਂ ਲੱਗਦਾ। ਨਹੀਂ ਮੰਮੀ ਜੀ, ਮੈਂ ਹੁਣ ਪੱਕੇ ਪੈਰੀ ਫੈਸਲਾ ਕਰ ਲਿਆ, ਗੁਰੂ ਘਰ ਵਿੱਚ ਖੜੇ ਹੋ ਕੇ ਮੈਂ ਤੁਹਾਡੇ ਨਾਲ ਝੂਠ ਨਹੀਂ ਬੋਲਾਂਗੀ। ਸੱਚ ਤਾਂ ਆਹੀ ਹੈ ਕਿ ਉਹ ਮੇਰਾ ਘਰ ਹੈ, ਉਸ ਘਰ ਵਿੱਚ ਮੈਂ ਅਰਮਾਨ ਨਾਲ ਲਾਵਾਂ ਲੈ ਕੇ ਆਈ ਸੀ, ਜਿਸ ਇਨਸਾਨ ਨਾਲ ਮੈਂ ਲਾਵਾਂ ਲਿੱਤੀਆਂ ਹੁਣ ਉਹਨੂੰ ਮੈਂ ਇੱਦਾਂ ਆਪਣੀ ਅੱਖਾਂ ਸਾਹਮਣੇ ਬਰਬਾਦ ਨਹੀਂ ਹੋਣ ਦੇ ਸਕਦੀ। ਇਹ ਵਾਅਦਾ ਤਾਂ ਤੂੰ ਮੇਰੇ ਨਾਲ ਪਹਿਲਾਂ ਵੀ ਕੀਤਾ ਸੀ ਦੇਸ਼ੋ। ਹਾਂ, ਤੇ ਮੈਂ ਉਹ ਵਾਅਦਾ ਨਿਭਾਵਾਂਗੀ, ਪਰ ਮੈਂ ਕੱਲੀ ਨਹੀਂ ਉਹ ਵਾਅਦਾ ਨਿਭਾ ਸਕਦੀ। ਅਸੀਂ ਕਦੋਂ ਤੇਰੀ ਮਦਦ ਕਰਨ 'ਚ ਹੱਥ ਪਿੱਛੇ ਖਿੱਚੇ ਨੇ? ਤੂੰ ਇੱਕ ਵਾਰ ਦੱਸ ਤਾਂ ਸਹੀ, ਕਰਨਾ ਕੀ ਹੈ? ਸਾਰਾ ਕੁਝ ਦੱਸਦੀ ਹਾਂ ਪਾਪਾ ਜੀ, ਪਹਿਲਾਂ ਮੱਥਾ ਟੇਕ ਲਓ ਤੁਸੀਂ। ਚਲੋ
ਬਸ ਤਾਂ ਮਜ਼ਾ ਹੀ ਆ ਗਿਆ। ਕਿੰਨੇ ਦਿਨਾਂ ਬਾਅਦ ਨਾ ਇਸ ਘਰ ਦੇ ਵਿੱਚ ਮੈਨੂੰ ਰਾਣੀ ਵਾਂਗੂ ਬਹਿਣ ਨੂੰ ਮਿਲਿਆ, ਜਿੱਦਾਂ ਦਾ ਮੈਂ ਸ਼ੁਰੂ ਤੋਂ ਸੋਚ ਕੇ ਆਈ ਸੀ ਕਿ ਬਹਿਣਾ ਆ। ਆਹ ਦੇਸ਼ੋ ਵਾਲੀ ਸਿਆਪੇ ਕਰਕੇ ਨਾ ਮੈਨੂੰ ਤਾਂ ਆਪਣੇ ਆਪ ਲਈ ਵਿਹਲ ਹੀ ਨਹੀਂ ਮਿਲੀ ਸੀ ਕਦੇ ਕਿ ਮੈਂ ਆਪਣੇ ਆਪ ਉੱਤੇ ਧਿਆਨ ਵੀ ਦੇ ਪਾਵਾਂ। ਪਰ ਹੁਣ ਤਾਂ ਇਸ ਘਰ ਵਿੱਚ ਸਿਰਫ ਸਿੰਪਲ ਸ਼ਰਮਾ ਦੀ ਮਰਜ਼ੀ ਚੱਲੇਗੀ ਤੇ ਸਾਰਿਆਂ ਨੂੰ ਮੇਰਾ ਕਹਿਣਾ ਮੰਨਣਾ ਵੀ ਪਏਗਾ। ਕੀ ਬਾਤ ਹੈ, ਅਜੇ ਤਾਂ ਬੜੇ ਮਜ਼ੇ 'ਚ ਲੱਗ ਰਹੀ ਹੈ। ਹੋਰ ਕੀ, ਅੱਜ ਕਿੰਨੇ ਦਿਨਾਂ ਬਾਅਦ ਮੈਨੂੰ ਆਪਣੇ ਆਪ ਤੇ ਧਿਆਨ ਦੇਣ ਦੀ ਵੇਲ ਮਿਲੀ ਹੈ। ਕੋਈ ਗੱਲ ਨਹੀਂ, ਹੁਣ ਤੋਂ ਹਰ ਦਿਨ ਨਾ ਇੱਦਾਂ ਹੀ ਹੋਇਆ ਕਰੂਗਾ। ਬਾਕੀ ਜੇ ਕੱਪ ਚਾਹ ਮਿਲ ਜੇ ਤਾਂ ਬਹੁਤ ਵਧੀਆ ਹੋ ਜਾਊਗਾ। ਵਾਹ ਅਰਮਾਨ, ਤੁਸੀਂ ਤਾਂ ਮੇਰੇ ਦਿਲ ਦੀ ਗੱਲ ਸੁਣ ਲਈ। ਮੈਂ ਵੀ ਇਹੀ ਸੋਚ ਰਹੀ ਸੀ ਜੇ ਇੱਕ ਕੱਪ ਚਾਹ ਮਿਲ ਜਾਏ ਨਾ ਤਾਂ ਮਜ਼ਾ ਆ ਜਾਏ। ਤੁਸੀਂ ਬਣਾ ਲਿਆਓ ਨਾ, ਇੱਕ ਕੱਪ ਮੇਰੇ ਲਈ ਤੇ ਇੱਕ ਕੱਪ ਤੁਹਾਡੇ ਲਈ। ਬੇਬੀ ਅੱਜ ਤੈਨੂੰ ਕੋਈ ਕੰਮ ਵੀ ਨਹੀਂ ਸੀਗਾ, ਸਾਰਾ ਦਿਨ ਵਿਹਲੀ ਰਹੀ ਹੈ। ਪਰ ਮੈਂ ਤਾਂ ਆਫਿਸ 'ਚ ਕੰਮ ਕਰਕੇ ਆਇਆ ਨਾ, ਇੰਨਾ ਸਿਰ ਖਪਦਾ। ਸਿਰ ਤਾਂ ਮੇਰਾ ਵੀ ਦੁਖੀ ਜਾਂਦਾ ਹੈ ਸੋਚ ਸੋਚ ਕੇ ਕਿ ਇਸ ਘਰ ਦੇ ਵਿੱਚ ਮੈਨੂੰ ਤੇ ਇੱਕੇ ਤਾਂ ਕੋਈ ਰਾਜ਼ੀ ਨਹੀਂ ਹੈ। ਮੈਨੂੰ ਇਹੀ ਨਹੀਂ ਸਮਝ ਲੱਗਦੀ ਕੀ ਕਰਾਂ ਤੇ ਕੀ ਨਹੀਂ। ਆ ਹੁਣ ਵੀ ਦੇਖ ਲਓ, ਪਾਣੀ ਕੱਦ ਦਾ ਠੰਡਾ ਹੋ ਗਿਆ, ਮੈਂ ਫਿਰ ਵੀ ਇਹਦੇ ਵਿੱਚ ਪੈਰ ਪਾਏ ਹੋਏ ਨੇ। ਚੱਲ ਠੀਕ ਹੈ ਫਿਰ, ਮੈਂ ਹੀ ਬਣਾਉਣਾ ਚਾਹ। ਪਾਪਾ ਜੀ, ਮੰਮੀ ਜੀ, ਕਿੱਥੇ ਜਾ ਰਹੇ ਹੋ ਤੁਸੀਂ? ਅਸੀਂ ਕਿੱਥੇ ਜਾਣਾ, ਅਸੀਂ ਆਪਣੇ ਘਰ ਜਾ ਰਹੇ ਹਾਂ। ਹੋਈ ਵੀ ਤੇ ਤੁਹਾਡਾ ਘਰ ਹੀ ਹੈ, ਇੱਥੇ ਰੁਕ ਜਾਂਦੇ ਥੋੜੇ ਦਿਨ ਹੋਰ। ਨਹੀਂ ਕਾਕਾ, ਇਹ ਤਾਂ ਤੇਰਾ ਹੀ ਘਰ ਹੈ ਨਾ, ਸਾਨੂੰ ਤਾਂ ਸਾਡੇ ਪਿੰਡ ਵਾਲਾ ਘਰ ਹੀ ਸਹੀ ਹੈ। ਮੈਨੂੰ ਪਤਾ ਅਰਮਾਨ, ਅੰਕਲ ਜੀ ਹੋ ਰਹੀ ਹੈ ਘਰ ਛੱਡ ਕੇ ਕਿਉਂ ਜਾ ਰਹੇ ਆ। ਤੈਨੂੰ ਤਾਂ ਸਾਰਾ ਕੁਝ ਹੀ ਪਤਾ ਹੁੰਦਾ, ਚੱਲ ਇਹ ਵੀ ਦੱਸ ਦੇ, ਅਸੀਂ ਵੀ ਤਾਂ ਸੁਣੀਏ। ਇਹ ਘਰ ਤੁਹਾਨੂੰ ਕਿੱਥੇ ਆਪਣਾ ਲੱਗਣਾ, ਕਿਉਂਕਿ ਇਸ ਘਰ 'ਚ ਤਾਂ ਹੁਣ ਮੈਂ ਰਹਿੰਦੀ ਹਾਂ ਤੇ ਮੈਂ ਕਿਸੇ ਨੂੰ ਵੀ ਇਸ ਘਰ 'ਚ ਚੰਗੀ ਨਹੀਂ ਲੱਗਦੀ, ਤੁਹਾਨੂੰ ਵੀ ਨਹੀਂ। ਸਿੰਪਲ, ਇਹੋ ਜੀ ਕੋਈ ਗੱਲ ਨਹੀਂ ਹੈ। ਇਹੀ ਗੱਲ ਹੈ ਅਰਮਾਨ, ਬਿਲਕੁਲ ਸਹੀ ਕਹਿ ਰਹੀ ਹੈ। ਇਹ ਤੁਸੀਂ ਕੀ ਕਹੀ ਜਾਂਦੇ ਹੋ, ਬਿਨਾਂ ਮਤਲਬ ਦਾ ਕਲੇਸ਼ ਖੜਾ ਹੋ ਜਾਣਾ ਹੁਣੇ ਇੱਥੇ। ਤੂੰ ਚੁੱਪ ਕਰ। ਹਾਂ ਕੁੜੀਏ, ਤੂੰ ਸਾਨੂੰ ਬਿਲਕੁਲ ਚੰਗੀ ਨਹੀਂ ਲੱਗਦੀ, ਅਸੀਂ ਤਾਂ ਤੈਨੂੰ ਇੱਥੇ ਦੇਖ ਕੇ ਵੀ ਰਾਜ਼ੀ ਨਹੀਂ, ਤੇ ਫਿਰ ਉਸੇ ਘਰ ਦੇ ਵਿੱਚ ਤੇਰੇ ਨਾਲ ਰਹਿਣਾ ਹੋ ਹੀ ਨਹੀਂ ਸਕਦਾ, ਐਸੇ ਕਰਕੇ ਅਸੀਂ ਇੱਥੋਂ ਜਾ ਰਹੇ ਹਾਂ। ਪਾਪਾ ਜੀ, ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਵਾਂ ਕਿ ਸਿੰਪਲ ਜਿਹੋ ਜੀ ਵੀ ਹੈ ਨਾ ਮੈਨੂੰ ਪਸੰਦ ਹੈ, ਤੇ ਬਾਕੀ ਰਹਿੰਦੀ ਜ਼ਿੰਦਗੀ ਮੈਂ ਸਿੰਪਲ ਦੇ ਨਾਲ ਹੀ ਕੱਟੂੰਗਾ। ਤੂੰ ਜੋ ਮਰਜ਼ੀ ਕਰ, ਜਿਹਦੇ ਨਾਲ ਮਰਜ਼ੀ ਜ਼ਿੰਦਗੀ ਕੱਟ, ਤੇ ਸਾਡੀ ਆਪਣੀ ਜ਼ਿੰਦਗੀ ਹੈ ਤੇ ਅਸੀਂ ਆਪਣੇ ਫੈਸਲੇ ਆਪ ਹੀ ਕਰਾਂਗੇ। ਕਹਿਣ ਦਾ ਮਤਲਬ ਕਿ ਤੁਸੀਂ ਹਾਲੇ ਵੀ ਸਿੰਪਲ ਨੂੰ ਇਸ ਘਰ ਦਾ ਤੇ ਇਸ ਫੈਮਿਲੀ ਦਾ ਹਿੱਸਾ ਨਹੀਂ ਮੰਨਿਆ। ਤੂੰ ਉਹਦੀ ਛੱਡ, ਅੱਜ ਤੋਂ ਮੈਂ ਤੈਨੂੰ ਵੀ ਆਪਣੇ ਪਰਿਵਾਰ ਦਾ ਹਿੱਸਾ ਮੰਨਣ ਤੋਂ ਇਨਕਾਰ ਕਰਦਾ। ਤੂੰ ਚੁੱਪ ਕਰ, ਮੈਂ ਜੋ ਕਹਿਣਾ ਸੀ ਉਹ ਕਹਿ ਦਿੱਤਾ,
ਜੇ ਆਪਣੀ ਪਸੰਦ ਨਾ ਪਸੰਦ ਬਾਰੇ ਸਾਨੂੰ ਦੱਸ ਸਕਦਾ ਤਾਂ ਅਸੀਂ ਵੀ ਆਪਣੀ ਪਸੰਦ ਨਾ ਪਸੰਦ ਦੱਸ ਸਕਦੇ ਹਾਂ। ਤੇ ਮੇਰੀ ਪਸੰਦ ਇਹੀ ਹੈ, ਜੇ ਤੇਰੀ ਕੋਈ ਹੋਰ ਪਸੰਦ ਹੈ ਤਾਂ ਤੂੰ ਉਹ ਵੀ ਦੱਸ ਦੇ। ਉਹ ਨਹੀਂ ਜੀ ਨਹੀਂ, ਮੈਂ ਤਾਂ ਤੁਹਾਡੇ ਨਾਲ ਹੀ ਰਹਿਣਾ, ਮੈਂ ਵੀ ਕਿਹੜਾ ਰਾਜੀ ਹਾਂ ਇਹਦੇ ਨਾਲ ਰਹਿ ਕੇ। ਠੀਕ ਹੈ ਫਿਰ, ਜੇ ਤੁਹਾਡੇ ਦੋਵਾਂ ਦਾ ਇਹੀ ਫੈਸਲਾ ਨਾ ਤੇ ਤੁਹਾਡੀ ਮਰਜ਼ੀ। ਸੋਚ ਲੈ ਪੁੱਤਰਾ, ਮੈਂ ਹੁਣ ਇਹ ਸਭ ਕੁਝ ਪੱਕੇ ਪੈਰੀ ਕਰਨ ਦੇ ਬਾਰੇ ਸੋਚ ਲਈ ਹੈ। ਪਿਓ ਨੂੰ ਪਿਓ ਕਹਿਣ ਦਾ ਹੱਕ ਗਵਾਉਣਾ ਐਡਾ ਸਸਤਾ ਨਹੀਂ ਹੋਣਾ। ਮੈਂ ਸਾਰੀ ਉਮਰ ਮਿਹਨਤ ਕਰਕੇ ਜਿਹੜੀ ਅੱਜ ਸਾਰੀ ਜ਼ਮੀਨ ਜਾਇਦਾਦ ਬਣਾਈ ਹੈ ਨਾ, ਉਹਦੇ ਉੱਤੇ ਵੀ ਤੇਰਾ ਕੋਈ ਹੱਕ ਨਹੀਂ ਰਹਿਣਾ ਅੱਜ ਤੋਂ ਬਾਅਦ। ਇੱਕ ਬੁਢਾਪਾ ਹੀ ਕੱਟਣਾ, ਕੱਟ ਲਾਂਗੇ। ਬਥੇਰਾ ਵੱਡਾ ਘਰ ਆ, ਬਥੇਰੀ ਜ਼ਮੀਨ ਜਾਇਦਾਦ ਬਣਾਈ ਹੈ, ਉਹ ਕਿਸੇ ਦੇ ਵੀ ਨਾਮ ਲਿਖਵਾ ਕੇ ਉਹਦੇ ਕੋਲੋਂ ਆਖਰੀ ਸਾਹ ਤੱਕ ਆਪਣੀ ਦੇਖਭਾਲ ਕਰਵਾ ਲਾਂਗੇ। ਠੀਕ ਆ, ਜੇ ਤੇਰੀ ਇਹੀ ਮਰਜ਼ੀ ਆ ਤੇ ਫਿਰ ਅਸੀਂ ਚੱਲਦੇ ਹਾਂ। ਚਲੋ ਬਈ। ਇੱਕ ਮਿੰਟ ਅੰਕਲ ਜੀ, ਅਰਮਾਨ ਤੁਸੀਂ ਨਾ ਰੋਕਦੇ ਕਿਉਂ ਨਹੀਂ ਹੋ? ਮੈਂ ਇਹਨਾਂ ਨੂੰ ਰੁਕਣ ਤੋਂ ਮਨਾ ਨਹੀਂ ਕੀਤਾ, ਪਰ ਫਿਰ ਵੀ ਜੇ ਉਹਨਾਂ ਨੇ ਜਾਣ ਦਾ ਫੈਸਲਾ ਕਰ ਹੀ ਲਿਆ ਤਾਂ ਮੈਂ ਕੁਛ ਨਹੀਂ ਕਹਿ ਸਕਦਾ। ਆਂਟੀ ਜੀ, ਤੁਸੀਂ ਸਮਝਾਓ ਨਾ ਅੰਕਲ ਜੀ ਨੂੰ, ਹੁਣ ਮਾੜੀ ਮੋਟੀ ਗੱਲ ਤਾਂ ਹਰ ਇੱਕ ਘਰ ਚ ਹੋ ਜਾਂਦੀ ਹੈ। ਇਹ ਮਾੜੀ ਮੋਟੀ ਗੱਲ ਹੈ? ਜੋ ਵੀ ਹੋਵੇ, ਪਰ ਮੇਰੇ ਲਈ ਇਹ ਗੱਲ ਬਹੁਤ ਵੱਡੀ ਹੈ ਕਿ ਮੇਰੇ ਘਰ ਕੇ ਇਸ ਘਰ ਵਿੱਚ ਰਿਸ਼ਤੇ ਟੁੱਟ ਰਹੇ ਨੇ। ਮੈਂ ਤਾਂ ਇਹ ਸੋਚ ਕੇ ਆਈ ਸੀ ਕਿ ਇਸ ਘਰ ਨੂੰ ਹਮੇਸ਼ਾ ਜੋੜ ਕੇ ਰੱਖਾਂਗੇ, ਪਰ ਮੇਰੀਆਂ ਤਾਂ ਅੱਖਾਂ ਦੇ ਸਾਹਮਣੇ ਇਹ ਘਰ ਟੁੱਟ ਰਿਹਾ। ਪਰ ਮੈਂ ਇਸ ਘਰ ਵਿੱਚ ਇਸ ਇਲਜ਼ਾਮ ਨਾਲ ਨਹੀਂ ਰਹਿ ਸਕਦੀ ਕਿ ਮੇਰੇ ਕਰਕੇ ਇੱਕ ਪਿਓ ਤੇ ਪੁੱਤ ਦੂਰ ਹੋ ਗਏ। ਪਰ ਤੂੰ ਸਾਨੂੰ ਕਿਉਂ ਰੋਕਦੀ ਪਈ ਹੈ? ਜਿਹਨੂੰ ਰੋਕਣਾ ਚਾਹੀਦਾ ਉਹ ਤਾਂ ਬੁੱਤ ਬਣ ਕੇ ਖੜਾ। ਅਰਮਾਨ ਵੱਲੋਂ ਵੀ ਤਾਂ ਮੈਂ ਹੀ ਰੋਕ ਰਹੀ ਹਾਂ ਤੁਹਾਨੂੰ, ਉਦਾਂ ਤਾਂ ਤੁਹਾਨੂੰ ਰੋਕਣ ਦਾ ਕੋਈ ਹੱਕ ਨਹੀਂ ਹੈ ਮੇਰਾ। ਤੂੰ ਸੱਚੀ ਚਾਹੁੰਦੀ ਹੈ ਕਿ ਅਸੀਂ ਇਸ ਘਰ ਦੇ ਵਿੱਚ ਰਹੀਏ? ਹਾਂਜੀ। ਅਸੀਂ ਸਿਰਫ ਇੱਕੋ ਸ਼ਰਤ ਤੇ ਇਸ ਘਰ ਦੇ ਵਿੱਚ ਰੁਕ ਸਕਦੇ ਹਾਂ। ਹਾਂਜੀ ਅੰਕਲ ਜੀ, ਤੁਹਾਡੀ ਜਿਹੜੀ ਵੀ ਸ਼ਰਤ ਹੈ ਮੈਨੂੰ ਸਭ ਮਨਜ਼ੂਰ ਹੈ। ਠੀਕ ਹੈ ਫਿਰ, ਜੇ ਤੂੰ ਚਾਹੁੰਦੀ ਹੈ ਕਿ ਅਸੀਂ ਇਸ ਘਰ ਦੇ ਵਿੱਚ ਰਹੀਏ ਤਾਂ ਦੇਸ਼ੋ ਵੀ ਇਸ ਘਰ ਦੇ ਵਿੱਚ ਰਹੇਗੀ। ਤੂੰ ਅੱਖਾਂ ਮੀਚ ਕੇ ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ, ਤੈਨੂੰ ਅਕਲ ਕਦੋਂ ਆਊਗੀ? ਅਕਲ ਕਰਕੇ ਮੈਂ ਉਹਨਾਂ ਦੀ ਗੱਲਾਂ ਮੰਨੀਆਂ ਨੇ, ਦੇਸ਼ੋ ਨੂੰ ਘਰੋਂ ਕੱਢ ਕੇ ਦੁਬਾਰਾ ਘਰ ਵਾੜਨ ਲੱਗੀ ਆ, ਇਹਦੇ ਚ ਅਕਲਮੰਦੀ ਕਿੱਥੇ ਆ ਭਲਾ? ਤੂੰ ਵੀ ਬਸ ਦੇਸ਼ੋ ਬਾਰੇ ਸੋਚੀ ਜਾਏ, ਹੈ ਨਾ ਸੋਚੀ ਕਿ ਉਹਦੇ ਘਰੋਂ ਨਿਕਲਣ ਤੋਂ ਬਾਅਦ ਕੀ ਨਿਕਲ ਜਾਣਾ ਸੀ। ਕੀ ਨਿਕਲ ਜਾਣਾ ਸੀ? ਬੁੱਢਾ ਬੁੱਢੀ ਚੱਲੇ ਸੀ, ਦਫਾ ਹੋਣ ਦਿੰਦੀ ਉਹਨਾਂ ਨੂੰ ਪਰਾਂ। ਮੈਨੂੰ ਕਿਤੇ ਮੌਕਾ ਮਿਲੇ ਨਾ, ਮੈਂ ਤਾਂ ਕਦੋਂ ਦੀ ਕੱਢ ਦਿੰਦੀ। ਤੈਨੂੰ ਚੰਗਾ ਭਲਾ ਮੌਕਾ ਮਿਲਿਆ ਸੀ, ਤੂੰ ਉਹ ਵੀ ਹੱਥੋਂ ਗਵਾ ਦਿੱਤਾ। ਜੇ ਤੇਰੇ ਬੁੱਢਾ ਬੁੱਢੀ ਘਰੋਂ ਨਿਕਲ ਜਾਂਦੇ ਤਾਂ ਤੂੰ ਫਿਰ ਵੀ ਉਹਨਾਂ ਨੂੰ ਰੋਕਣਾ ਨਹੀਂ ਸੀ? ਰੋਕਣਾ ਤਾਂ ਪੈਣਾ ਹੀ ਸੀ। ਬਸ ਫਿਰ ਮੈਂ ਵੀ ਇਹੀ ਸੋਚ ਕੇ ਬੁੱਢਾ ਬੁੱਢੀ ਨੂੰ ਰੋਕ ਲਿਆ। ਹੁਣ ਹੋਰ ਘਾਟਾ ਨਹੀਂ ਚੱਲ ਸਕਦੀ ਮੈਂ, ਸਾਰੇ ਪੈਸੇ ਨਾ ਉਹਨਾਂ ਨੇ ਨਾਲ ਲੈ ਜਾਣੇ ਸੀ, ਹੁਣ ਇੰਨਾ ਘਾਟਾ ਕਿਵੇਂ ਬਰਦਾਸ਼ਤ ਕਰਾਂ ਮੈਂ? ਵੈਸੇ ਵੀ ਅਰਮਾਨ ਤਾਂ ਹੁਣ ਖਾਲੀ ਹੋ ਕੇ ਬਹਿ ਗਿਆ, ਤੇ ਜਿਹੜੇ ਚਾਰ ਪੈਸੇ ਉਹਦੇ ਬੁੱਢੇ ਕੋਲ ਆਉਣ ਦੀ ਆਸ ਹੈ ਨਾ, ਉਹਨੂੰ ਕਿੱਦਾਂ ਤੋੜਦਾ ਮੈਂ? ਇਹ ਗੱਲ ਤਾਂ ਮੈਨੂੰ ਤੇਰੀ ਸਹੀ ਲੱਗਦੀ ਹੈ,
ਖਾਲੀ ਘਰ ਵਿੱਚ ਬੈਠ ਕੇ ਤੂੰ ਕਰਨਾ ਵੀ ਕੀ ਸੀ ਇਕੱਲੀ ਨੇ? ਨਾਲੇ ਤੂੰ ਆਪਣੇ ਫਿਊਚਰ ਨੂੰ ਸੇਵ ਕਰਨ ਲਈ ਨਾ ਆਹ ਕੰਮ ਬਹੁਤ ਵਧੀਆ ਕੀਤਾ। ਉਦਾਂ ਵੀ ਮੈਂ ਇਕੱਲੀ ਇਸ ਘਰ 'ਚ ਬੋਰ ਹੀ ਹੋ ਜਾਣਾ ਸੀ। ਦੇਸ਼ੋ ਰਹੇਗੀ, ਘੱਟੋ ਘੱਟ ਉਹਦੇ ਨਾਲ ਲਾਡੇ ਤਾਂ ਲਾਈ ਰੱਖਾਂਗੀ। ਵੈਸੇ ਵੀ ਅਰਮਾਨ ਨੂੰ ਹੁਣ ਨੌਕਰੀ ਲੱਭ ਗਈ ਹੈ, ਉਹਨੇ ਤਾਂ ਦਫ਼ਤਰ ਹੀ ਚਲੇ ਜਾਇਆ ਕਰਨਾ। ਆਹੋ, ਨਾਲੇ ਦੇਸ਼ੋ ਨੂੰ ਜਦੋਂ ਇੱਦਾਂ ਧੱਕੇ ਪੈਣ ਨਾ ਬਾਹਰ ਜਾ ਕੇ ਫੇਰ ਖੜੀ ਹੋ ਜਾਂਦੀ ਹੈ। ਘਰ ਰਹੂਗੀ, ਤੇਰੇ ਕੋਲ ਦਵੀ ਤਾਂ ਰਹੂਗੀ, ਨਾਲੇ ਇੱਥੇ ਜੇ ਖੜੀ ਹੋਣ ਬਾਰੇ ਸੋਚੂਗੀ ਵੀ ਨਾ ਤਾਂ ਘੱਟੋ ਘੱਟ ਤੇਰੀ ਨਿਗਾਹ ਦੇ ਸਾਹਮਣੇ ਤਾਂ ਰਹੂਗੀ। ਹਾਂ, ਉਹਦਾ ਹੁਣ ਸਾਰਾ ਧਿਆਨ ਨਾ ਮੈਂ ਇਸੇ ਗੱਲਾਂ ਚ ਲਾਈ ਰੱਖਣਾ ਕਿ ਉਹਦਾ ਪੂਰਬ ਉਦਾਸ ਹੈ ਜਾਂ ਖੁਸ਼ ਹੈ। ਕਿਤੇ ਸਿੰਪਲ ਦੇ ਹੱਥੇ ਤਾਂ ਨਹੀਂ ਚੜ ਗਿਆ? ਉਧਰੋਂ ਨੂੰ ਵੇਲ ਮਿਲੂਗੀ ਤਾਂ ਬਿਜ਼ਨਸ ਬਾਰੇ ਸੋਚੂਗੀ। ਆਹੋ, ਇੱਥੇ ਤਾਂ ਤੂੰ ਬੁੱਢਾ ਬੁੱਢੀ ਨੂੰ ਤੰਗ ਕਰੇਂਗੀ, ਦੇਸ਼ੋ ਤਾਂ ਵੀ ਦੁਖੀ। ਜੇ ਪੂਰਬ ਨੂੰ ਤੰਗ ਕਰੇਂਗੀ, ਦੇਸ਼ੋ ਤਾਂ ਵੀ ਦੁਖੀ। ਤੇ ਜਿਹੜਾ ਮੈਂ ਉਹਦੇ ਨੱਕ ਵਿੱਚ ਦਮ ਕਰਨਾ ਨਾ ਉਹ ਵੱਖਰਾ। ਜੇ ਕੋਈ ਸਕੀਮ ਵੀ ਲਾਊਗੀ ਨਾ ਉਹ ਵੀ ਨਹੀਂ ਲੱਗਣ ਦੇਣੀ ਮੈਂ।